ਗੋਲਾ ਲੈ ਕੇ ਤੋਰ ਚੱਲੇ ਜੇ। ਬਿਸਮਿਲਲਾਹ ਰਹਿਮਾਨ ਰਹੀਮ, ਅਸਲਾਮ ਵਾਲੇਕੁਮ। ਮੈਂ ਦਰਾਵਤ ਬਸਰਾ, ਉਮੀਦ ਕਰਨਾ ਤੁਸੀਂ ਠੀਕ ਠਾਕ ਹੋ ਗਏ। ਅਤੇ ਅੱਜ ਦਾ ਵਲੋਗ ਕਰਨਾ ਸਟਾਰਟ, ਅਤੇ ਅੱਜ ਤੁਹਾਨੂੰ ਪਤਾ ਕੱਲ੍ਹ ਦੇ ਅਸੀਂ ਆਏ ਹਾਂ ਮਰੀ, ਅਤੇ ਮਰੀ ਸੁਬਹਾ ਸੁਬਹਾ ਉੱਠ ਕੇ ਉਹ ਚੌਥੇ ਪੰਜਵੇਂ ਸੱਤਵੇਂ ਫਲੋਰ 'ਤੇ ਆੜ ਕੇ ਟੈਰਿਸ ਦੇ ਵਿੱਚ ਵਿਊ ਬੜਾ ਪਿਆਰਾ ਆ ਰਿਹਾ ਸੀ, ਅਤੇ ਸੱਕ ਵੱਕ ਫੁਰ ਆਣ ਕੇ ਇੱਥੇ ਜ਼ਰਾ ਪਿਕਸ਼ਿਕ ਬਣਾ ਰਹੇ ਸਰ। ਅਤੇ ਮੈਂ ਕਿਹਾ ਜ਼ਰਾ ਉੱਥੇ ਵੇਖ ਕੇ ਆਉਂਦਾ ਮਾਹੌਲ ਕੈਸਾ, ਅਤੇ ਕੈਸੇ ਮੁੰਡੇ ਇੰਜੋਏ ਕਰਨ ਦੇ, ਕਿਉਂਕਿ ਸਾਕਬ ਤਾਂ ਆਇਆ ਫਸਟ ਟਾਈਮ, ਅਤੇ ਇਸ ਵਾਸਤੇ ਸਾਕਬ ਤਾਂ ਬੜਾ ਐਕਸਾਈਟਡ ਹੋਣ ਡਿਆ ਵੀ, ਬੜਾ ਬੜਾ ਜ਼ਿਆਦਾ ਖੁਸ਼ ਸਾਕਬ ਬਈ। ਜਿਹੜਾ ਮਰੀ ਦਾ ਮਾਹੌਲ ਹੀ ਬੜਾ ਪਿਆਰਾ, ਸਾਰੀ ਮਰੀ ਇੱਥੇ ਖਲੋ ਕੇ ਨਜ਼ਰ ਆਉਂਦੀ ਤਕਰੀਬਨ। ਅਤੇ ਇਹਦਾ ਚੈੱਕ ਕਰੋ ਜੀ, ਮਰੀ ਦਾ ਵਿਊ ਤੁਹਾਨੂੰ ਦਿਖਾ ਰਹੇ ਹਾਂ। ਅਤੇ ਪਹਿਲੇ ਪਿਛਲੀ ਦਫ਼ਾ ਠਹਿਰੇ ਸੀ ਉਹ ਸਾਹਮਣੇ ਜਿਹੜੇ ਹੋਟਲ 'ਤੇ, ਉਹ ਜਿਹੜੇ ਹੋਟਲ ਦੇ ਉੱਤੇ ਟਾਵਰ ਨਹੀਂ ਲੱਗਿਆ, ਉਸ ਹੋਟਲ 'ਚ ਠਹਿਰੇ ਨਾ। ਪਰ ਉਹ ਉਹ ਹੋਟਲ ਜਿਹੜਾ ਇਸ ਤੋਂ ਵੀ ਨੀਵਾਂ ਸੀ, ਉਹਦੇ ਨਾਲੋਂ ਵੀ ਵਿਊ ਇੱਥੇ ਜ਼ਿਆਦਾ ਆ ਰਿਹਾ। ਉਹ ਨੀਵਾਂ ਹੈਗਾ ਅਤੇ ਅਸੀਂ ਉੱਚੇ ਹੈਗੇ। ਉੱਧਰ ਬੱਚੇ ਦੇਖੋ ਸਕੂਲ ਜਾ ਰਹੇ, ਆਹ ਬੈਗ ਨਾਲ ਭਰ ਕਰਕੇ ਬੱਚਿਆਂ ਨੂੰ ਜਾ ਰਹੇ। ਹਾਂਜੀ ਆਓ ਤਾਂ ਜੀ, ਸੋਚਣੇ ਦੇ ਵਲੋਗ ਲਾਇਓ। ਓ ਚੱਲ ਠੀਕ, ਚੱਲ ਚਲੋ ਜੀ, ਦਿਨ ਦੇ 11:57 ਯਾਨੀ ਕਿ ਦਿਨ ਦੇ 12 ਵੱਜਦੇ ਹੋਣ ਜਾ ਰਹੇ ਹਾਂ ਅਸੀਂ ਪਤਰਿਆਟਾ ਚੇਅਰ ਲਿਫਟ ਵਾਲੀ ਸਾਈਡ 'ਤੇ। ਅਤੇ ਅੱਕ ਫੁਰੀ ਜਿਹੜਾ ਹਜੇ ਵੀ ਨਹੀਂ ਨਿਕਲ ਰਹੇ, ਹਜੇ ਵੀ ਉੱਪਰ ਹੀ ਰੂਮ ਦੇ ਵਿੱਚ ਫਿਰਦੇ ਪਏ ਨੇ। ਹੈਲੋ, ਉਹ ਆ ਜਾਓ ਯਾਰ, ਕਿਹੜੇ ਕੰਮ ਲੱਗ ਗਏ ਤੁਸੀਂ? ਬੜੇ ਢਿੱਲੇ ਬੜੇ ਢਿੱਲੇ ਝਾੜ ਤੋਂ ਥੱਲੇ ਬਸ। ਅਤੇ ਇਹ ਤਾਂ ਕੈਸੇ ਲੱਗਣਾ ਕੰਮ, ਹੁਣ ਕੰਮ ਦੇਖ ਹੁਣ ਨਖਰੇ ਵੀ ਸਾਹ ਲੈਣ ਡੇ ਵੀ। ਚਲੋ ਤੁਸੀਂ ਮੰਨ ਲਿਆ ਤੁਸੀਂ ਦੋ ਭਰਾ ਲਏ ਹਸਪਤਾਲ। ਮਾਸ਼ਾ ਚੈੱਕ ਕਰੋ, ਜਸ਼ਨੇ ਮੁਲਾਦਮ ਨਬੀ ਦੇ ਖੁਸ਼ੀ ਦੇ ਵਿੱਚ ਉਹਨਾਂ ਨੇ ਗੱਡੀ ਪੂਰੀ ਡੈਕੋਰੇਟ ਕਰਤੀ। ਚਲੋ ਜੀ, ਅਸੀਂ ਜਾ ਰਹੇ ਸਾਂ ਪਤਰਿਆਟਾ ਚੇਅਰ ਲਿਫਟ ਵਾਲੀ ਸਾਈਡ 'ਤੇ, ਜਿਹੜਾ ਰਸਤੇ ਦੇ ਵਿੱਚ ਰੁਕਿਆ 2 ਦੇ ਏਟੀਐਮ ਮਾਰਨਾ ਸੀ ਇਸ ਵਾਸਤੇ। ਅਤੇ ਬਾਈ ਹੁਰੀ ਮਿਲੇ ਨੇ ਇੱਥੇ, ਇਹ ਕਿਹੜੀ ਬਾਈਕ ਕਹਿੰਦੇ ਉਹਨਾਂ ਨੂੰ? ATV ਕੁਆਇਟ ਬਾਈਕ ਆ ਜੀ, 4-wheel 4 ਟਾਇਰ ਵਾਲੀ, ਇਹ ਸਾਊਦੀ ਅਰਬ ਚੱਲਦੀ। ਇਹ 4 ਟਾਇਰਾਂ ਵਾਲੀ ATV ਬਾਈਕ ਹੈ ਕੋਈ? ਮਾਸ਼ਾਅੱਲਾ ਕਿੱਡੀ ਪਿਆਰੀ ਲੱਗਣ ਦੀ। ਅਤੇ ਬਾਈ ਹੁਰੀ ਸਾਡੇ ਖਾਸ ਤੌਰ ਮਜ਼ੇ ਦੀ ਗੱਲ ਹੈ ਵੀ ਸਾਡੇ ਹਾਸਲਪੁਰ ਦੇ, ਸਾਡੇ ਸਮਝ ਲਓ ਸ਼ਹਿਰ ਦੇ ਨੇ,
ਚਲੋ ਜੀ ਪਤਰਾਟਾ ਚੇਅਰ ਲਿਫਟ ਤੋਂ ਜਾਂਦਾ ਰਸਤੇ 'ਚ ਨਾ ਇਹਦੇ ਖਲੋ ਕੇ ਸਰੀਆਂ ਸੁਰੀਆਂ ਲਈਆਂ ਬਚਾ ਦਿੰਦੇ ਨਾਲ ਪਿਕ ਸ਼ਿਕ ਬਣਾਏ ਨੇ ਤਾਂ ਹੁਣ ਚੱਲਦੇ ਚਲੋ ਜੀ ਹੁਣ ਪਹੁੰਚਿਆ ਚੇਅਰ ਲਿਫਟ 'ਤੇ ਇੱਥੇ ਬੰਦੇ ਵੇਖੋ ਘੇਰਨ ਦੇ ਸਾਨੂੰ ਕਹਿੰਦੇ ਗੱਡੀ 'ਤੇ ਉੱਥੇ ਰਾਜਾ ਲਵੀ ਆਣਿਆਂ ਨੂੰ ਜਿਹੜਾ ਅਸੀਂ ਚੇਅਰ ਲਿਫਟ 'ਤੇ ਘੁਮਾਉਣ ਵਾਸਤੇ ਤਾਂ ਐਡੀ ਦੂਰੋਂ ਲੈ ਕੇ ਆਏ ਉਹਦੇ ਉਹ ਆਉਂਦੇ ਗੱਡੀ 'ਤੇ ਆ ਜਾਓ ਤੁਹਾਨੂੰ ਉੱਥੇ ਲੈ ਚੱਲਦੇ ਹਾਂ ਸ਼ਿਮਲਾ ਪਹਾੜੀ ਤੋਂ ਫਲਾਣੀ ਪਹਾੜੀ ਕਿਸੇ ਚੱਕ ਰਹੇ ਪਤਰਾਟਾ ਅੱਗੇ ਬਿਲਕੁਲ ਥੋੜ੍ਹੀਆਂ ਜਿਹੀਆਂ ਦੁਕਾਨਾਂ ਸਾਨੂੰ ਦੇਖੋ ਹੁਣ ਦੇਖੋ ਮਾਸ਼ਾਅੱਲਾ ਕਿੰਨੀਆਂ ਦੁਕਾਨਾਂ ਬਣ ਗਈਆਂ ਉਹ ਕਿੰਨਾ ਪਿਆਰਾ ਲੱਗ ਰਿਹਾ ਮਾਸ਼ਾਅੱਲਾ ਚਲੋ ਜੀ ਅੱਖ ਫੋਨਾਂ ਲੈ ਰਿਹਾ ਟਿਕਟਾਂ ਚੇਅਰ ਲਿਫਟ ਦੀਆਂ ਕਿੰਨੇ ਦੀ ਇੱਕ ਚਲੋ ਜੀ ਚੇਅਰ ਲਿਫਟ ਦੀਆਂ ਟਿਕਟਾਂ ਲੈ ਲਈਆਂ ਤੇ ਮਾਮੂ ਜੀ ਮੇਰੇ ਤੋਂ ਬਗੈਰ ਨਹੀਂ ਜਾ ਸਕਦੇ ਕੈਸਾ ਲੱਗ ਰਿਹਾ ਵੀਆਈਪੀ ਚਲੋ ਜੀ ਇੱਥੇ ਆਏ ਹਾਂ ਚੇਅਰ ਲਿਫਟ ਦੇ ਜਿਹੜਾ ਨਾ ਆਕਫ ਨਾਲ ਮੇਰਾ ਮੁਕਾਬਲਾ ਹੋਣ ਲੱਗਾ ਤੇ ਇਹ ਕਿੰਨੇ ਦੱਸ ਰਹੇ ਕਿਲੇ ਦੱਸ ਨੇ ਪੰਜ ਤੁਹਾਡੇ ਨੇ ਪੰਜ ਮੇਰੇ ਨੇ ਚਾਰ ਤੁਹਾਡੇ ਨੇ ਇੱਥੇ ਬਈ ਮਾਰੀ ਨਾ ਗੱਲ ਚਾਰ ਦੱਸ ਨਹੀਂ ਪੰਜ ਵਾਰ ਪਤਾ ਲੱਗਦਾ ਤੂੰ ਕਿਰਿਆ ਜਿੱਦਾਂ ਦਾ ਬੈਗ ਨਹੀਂ ਹੋ ਗਿਆ ਚਲੋ ਜੀ ਹੋਣ ਲੱਗਾ ਆਕਫ ਨਾਲ ਮੁਕਾਬਲਾ ਹੁਣ ਤੇ ਪੰਜ ਰਿੰਗ ਮੇਰੇ ਤੇ ਪੰਜ ਆਕਫ ਦੇ ਦੇਖਣਾ ਮੈਂ ਪਹਿਲਾ ਸੌ ਦਾ ਕਰ ਦਿੱਤਾ ਪੂਰਾ ਦੂਜਾ ਜੂਸ ਹੀ ਜਿਸ ਤਰ੍ਹਾਂ ਪੈਣਾ ਦੂਜੇ ਦੂਰ ਹੈ ਸ਼ੋਰ ਨੀ ਪੈਂਦਾ
ਸਟੋ ਤੇਰੀ ਜਿੱਤ ਲੈ ਤੈਨੂੰ ਆ ਕੇ ਤਾਂ ਇੱਕ ਵੀ ਨੀ ਪਿਆ ਹਾਰ ਗਏ ਤੁਸੀਂ ਆ ਅੱਜ ਕੱਲੋਂ ਮੈਂ ਮਾਮੂ ਨਾਲ ਨੀ ਮੈਂ ਕਿਹਾ ਮਾਮੂ ਵੱਡਾ ਜੇ ਮੈਂ ਜਿੱਤ ਗਿਆ ਇੱਕ ਵੀ ਨੀ ਬੇਚਦਾ ਦਸ ਦਸ ਰਿਗ ਪਾ ਰਹੇ ਇੱਕ ਵੀ ਨਹੀਂ ਮੈਂ ਤਿੰਨ ਪਾ ਦਿੱਤੇ ਤਿੰਨ ਕਿੰਨੇ ਪਾਏ ਨੇ ਆਪਣੇ ਪੁੱਤਰ ਨੇ ਜੂਸ ਲੈ ਲਾ ਜੂਸ ਲੈ ਜੂਸ ਜੂਸ ਉਹਦੀ ਖਾਈ ਉਹ ਕੌੜੀ ਹੈ ਉਹ ਕੌੜੀ ਆ ਜੂਸ ਲੈ ਜੂਸ ਆ ਜੂਸ ਚਲੋ ਜੀ ਚੇਅਰ ਲਿਫਟ ਹੁਣ ਚੱਲੇ ਹਾਂ ਵਾਪਸ ਅਤੇ ਵਾਪਸੀ ਦੇ ਫਿਰ ਅੱਗੇ ਤਰ੍ਹਾਂ ਦੋ ਦੋ ਜੀ ਸਲੈਕਟ ਹੋ ਕੇ ਅਤੇ ਦੋ ਦੋ ਜਣੇ ਹੋ ਕੇ ਬੈਠ ਕੇ ਚੇਅਰ ਫਿਰ ਵਾਪਸ ਆਏ ਚਲੋ ਜੀ ਚੇਅਰ ਲਿਫਟ ਹੁਣ ਜਾ ਰਹੇ ਵਾਪਸ ਥੱਲੇ ਜਾਣਾ ਬਹੁਤ ਹਾਂ ਥੱਲੇ ਜਾਣਾ ਕਿੰਨੀ ਕਿੰਨੀ ਗਹਿਰਾਈ 'ਤੇ ਆਹ ਦੇਖੋ ਝੂਲੇ ਝੂਲੇ ਵਗੈਰਾ ਇੱਥੋਂ ਹਾਸ਼ਾ ਨਜ਼ਰ ਆ ਰਹੀ ਆ ਚਲੋ ਜੀ ਚੇਅਰ ਲਿਫਟ ਦੇ ਪੈਸੇ ਜਿਹੜੇ ਨੇ ਉਹ ਜਿਹੜਾ ਪੂਰੇ ਹੋ ਚੱਲੇ ਨੇ ਹੁਣ ਆਖਰੀ ਪੋਲ ਤੋਂ ਅਸੀਂ ਉਤਰ ਰਹੇ ਹਾਂ ਥੱਲੇ ਅਤੇ ਉਹ ਪਿੱਛੇ ਸਾਕਪੁਰੀ ਵੀ ਆ ਰਹੇ ਨੇ ਉਹ ਵੀ ਤੁਹਾਨੂੰ ਦਿਖਾ ਦੇ ਚਲੋ ਜੀ ਇੱਧਰ ਮੁੰਡਿਆਂ ਦੀ ਗੱਲ ਚੈੱਕ ਕਰੋਗੇ ਤਾਂ ਮੁੰਡਿਆਂ ਦੇ ਕੰਮ ਚੈੱਕ ਕਰੋਗੇ ਤਾਂ ਇਹਨਾਂ ਜੁੱਤੀਆਂ ਦੇ ਵਿੱਚ ਨਾ ਬੰਦ ਬੂਟਾਂ ਦੇ ਵਿੱਚ ਉਤਰਨਾ ਬਹੁਤ ਮੁਸ਼ਕਲ ਹੈ ਅਤੇ ਇਹਨਾਂ ਨੂੰ ਬੰਦਾ ਪੁੱਛਿਆ ਵੀ ਮੈਂ ਪਾ ਗਿਆ ਵੀ ਜਿਹੜਾ ਚੱਪਲ ਪਾ ਕੇ ਸੈਂਡਲ ਜੇ ਪਾ ਕੇ ਜਾਂਦਾ ਮੈਨੂੰ ਪਤਾ ਸਾਰਾ ਦਿਨ ਵੀ ਸੈਂਡਲ ਪਾਈ ਰੱਖੋ ਨਾ ਮਹਿਸੂਸ ਮੇਰੇ ਬੂਟ ਡਿੱਗੇ ਮੇਰੇ ਪੈਸੇ ਵਾਸਤੇ ਨਹੀਂ ਪਾਏ ਚਲੋ ਜੀ ਆਕਫ ਜਿਹੜਾ ਨਾ ਹਾਰਸ ਰਾਈਡਿੰਗ ਕਰਦਾ ਪਿਆ ਇੱਧਰ ਦੇ ਮੁੰਡੇ ਦੇ ਫੀਲਿੰਗ ਚੈੱਕ ਕਰੋ ਫਿਲਮਾਂ ਵਾਲੀ ਫੀਲਿੰਗ ਚੈੱਕ ਲੈ ਰਿਹਾ ਪੂਰਾ ਕਰੀ ਜਾ ਪੂਰਾ ਟਕੜ ਤਕੜ ਦੀ ਆਵਾਜ਼ ਤੇ ਜਾ ਰਹੀ 50-50 ਥੋੜ੍ਹੀ ਜੀ ਅਤੇ ਉੱਦਾਂ ਚੈੱਕ ਕਰੋ ਜੀ ਪਹਿਲਾਂ ਆਕਫ ਨੇ ਹਾਰਸ ਰਾਈਡਿੰਗ ਕੀਤੀ ਅਤੇ ਹੁਣ ਕਰ ਰਿਹਾ ਸਾਕਫ ਚਲੋ ਜੀ ਹੁਣ ਨਾ ਇਹਨਾਂ ਤੋਂ ਬਾਅਦ ਵਾਰੀ ਆ ਗਈ ਮੇਰੀ ਹਾਰਸ ਰਾਈਡਿੰਗ ਦੀ ਅਤੇ ਮੈਂ ਹਾਰਸ ਰਾਈਡਿੰਗ ਕਰਕੇ ਆਉਂਦਾ ਅਤੇ ਫਿਰ ਤੁਹਾਨੂੰ ਦਿਖਾ ਦਿਓ ਘੋੜਾ ਲੈ ਕੇ ਦੌੜ ਚੱਲੇ ਜੇ ਮਾਮੂ ਜੀ ਉਹ ਅੰਕਲ ਜਿਨ੍ਹਾਂ ਦਾ ਘੋੜਾ ਉਹ ਪਿੱਛੇ ਨਾ ਤੁਸੀਂ ਘੋੜਾ ਲੈ ਕੇ ਅੱਗੇ ਚਲੇ ਗਏ ਮੈਂ ਤਾਂ ਫਿਰ ਕੱਢ ਦਿੱਤੇ ਹਾਰਸ ਰਾਈਡਿੰਗ ਦੇ ਵੱਟ ਇਹ ਤੇ ਹੌਲੀ ਹੌਲੀ ਭੱਜ ਗਏ ਹੌਲੀ ਹੌਲੀ ਘੋੜਾ ਜਾ ਰਿਹਾ ਯਾਰ ਮੈਂ ਜਾਂਦਿਆਂ ਵੱਟ ਕੱਢਦੇ ਉਹਦੇ ਆਉਂਦਿਆਂ ਫਿਰ ਮੈਂ ਥੋੜ੍ਹੀ ਜਿਹੀ ਅੱਡੀ ਮਾਰੀ ਜਿਵੇਂ ਉਹ ਫਿਲਮਾਂ 'ਚ ਮਾਰਦੇ ਰਹੋ ਘੋੜੇ ਦੇ ਵੱਟ ਕੱਢੇ ਹੁੰਦੇ ਆ ਫਿਰ ਰਾਈਡਿੰਗ
ਆਰਸ ਜਿਹੜੇ ਨੇ ਉਹਨਾਂ ਨੂੰ ਲਾ ਰਹੇ ਨੇ ਖੁਰੀਆਂ, ਜਿਹਨਾਂ ਨੂੰ ਪੰਜਾਬੀ ਦਵਾਈ ਫੜਦੇ ਨੇ, ਅਤੇ ਉਹ ਖੁਰੀਆਂ ਤੁਹਾਨੂੰ ਚੈੱਕ ਕਰਵਾਉਣਾ ਉਹਨਾਂ ਦੀਆਂ। ਸਾਡੇ ਕੋਲ ਇੱਕ ਘੋੜਾ ਹੁੰਦਾ ਸੀ ਪਹਿਲਾਂ, ਅਸੀਂ ਲਵਾਉਂਦੇ ਹੁੰਦੇ, ਔਰ ਤੁਹਾਨੂੰ ਦਿਖਾਉਣਾ ਕਿਵੇਂ ਲਾਉਂਦੇ ਨੇ। ਇੱਦਾਂ ਦੇਖੋ ਜੀ, ਬੰਦੇ ਖੁਰੀਆਂ ਪਹਿਲੇ ਵਾਲੀ ਖੁਰੀਆਂ ਪੱਟ ਰਹੇ ਨੇ, ਤੇ ਇੱਦਾਂ ਦੇਖੋ ਜੀ ਖੁਰੀਆਂ ਸਾਡੀ ਸਾਈਡ ਤੇ ਸਿਰਫ ਲੋਹੇ ਵਾਲੀਆਂ ਲਾਉਂਦੇ ਨੇ। ਇੱਧਰ ਦੇਖੋ ਨਾਲ ਟਾਇਰ ਵੀ ਲਗਾਉਂਦੇ ਨੇ, ਸਲਿਪ ਨਹੀਂ ਕਰਦੇ ਇਸ ਵਜ੍ਹਾ ਤੋਂ। ਟਾਇਰ ਨੂੰ ਕਿਉਂ ਮੈਂ ਇਸ ਵਜ੍ਹਾ ਲਾਉਂਦੇ ਨੇ, ਪੱਕੀ ਜਗ੍ਹਾ ਸਲਿਪ ਨਹੀਂ ਕਰਦੇ, ਸਲਿਪ ਨਹੀਂ ਹੋਵੇ। ਹੁਣ ਸਾਰੇ ਘੁੰਮ ਕੇ ਆਪਣੇ ਚੱਲਦੇ ਹਾਂ ਰੂਮ 'ਤੇ, ਰੂਮ 'ਤੇ ਜਾ ਕੇ ਨਾ ਵੀਡੀਓ ਐਡੀਟਿੰਗ ਕਰਨੇ ਆ, ਅਤੇ ਫਿਰ ਮਾਰਨੇ ਰੈਸਟ, ਅਤੇ ਵੀਡੀਓ ਅਪਲੋਡ ਕਰਾਂਗੇ, ਅਤੇ ਫਿਰ ਨਾਲੇ ਮਾਰਨੇ ਰੈਸਟ। ਕੱਲ੍ਹ ਫਿਰ ਟਾਈਮ ਨਾਲ ਨਿਕਲਾਂਗੇ, ਅਯੂਬੀਆ ਨੱਥੀਆ ਗਲੀ 'ਤੇ ਆਬਸ਼ਾਰਾਂ 'ਤੇ ਜਾਵਾਂਗੇ, ਤੁਹਾਨੂੰ ਇੰਜੋਏ ਕਰਾ ਕੇ ਜਾਵਾਂਗੇ। ਪੱਤਰੇ ਆਟਾ ਵਗੈਰਾ ਘੁੰਮ ਕੇ ਤਾਂ ਆ ਗਏ ਵਾਪਸ ਫਿਰ ਆਪਣੇ ਰੂਮ 'ਤੇ, ਅਤੇ ਹੁਣ ਜਾ ਰਿਹਾ ਮੈਂ ਅਤੇ ਅੱਖ ਵਗੈਰਾ ਬਾਜ਼ਾਰ 'ਚੋਂ ਨਾ ਇੱਕ ਦੋ ਚੀਜ਼ਾਂ ਦਾ ਪਤਾ ਕਰਕੇ ਆਉਂਦੇ, ਫਿਰ ਆਣ ਕੇ ਰੈਸਟ ਮਾਰਦੇ। ਚਲੋ ਜੀ, ਮਰੀ ਆਏ ਸਾਂ, ਅਤੇ ਮਰੀ ਨਾ ਪਿਛਲੀ ਦਫ਼ਾ ਅਸੀਂ ਆਏ ਸਾਂ ਅਤੇ ਉਹ ਵਾਇਲਟ ਲੈ ਕੇ ਗਏ ਸਾਂ, ਦੋ ਤਿੰਨ ਚਾਰ ਪੰਜ, ਅਤੇ ਇਸ ਵਾਰੀ ਵੀ ਇੱਕ ਲੈਣਾ ਸੀ ਅਤੇ ਇੱਕ ਲੈਂਦਾ ਲੈਂਦਾ ਨਾ ਚਾਰ ਸਲੈਕਟ ਹੋ ਗਏ ਨੇ, ਇੱਕ ਮੇਰੇ ਵਾਸਤੇ, ਆ ਛੋਟੇ ਮੁੰਡੇ ਵਾਸਤੇ, ਆ ਛੋਟਾ, ਅਤੇ ਆਪਣੇ ਵਾਸਤੇ ਮੈਂ ਉਹ ਹੀ ਕਲਰ ਹੁਣ ਤਾਂ ਲੱਭਿਆ ਨਹੀਂ, ਤਾਂ ਮਰਸਡੀ ਦਾ ਨਹੀਂ ਲੈ ਲਿਆ। ਚਲੋ ਜੀ, ਮਾਲ ਰੋਡ 'ਤੇ ਆਏ ਹਾਂ, ਅਤੇ ਅੱਖ ਵਿਚਾਰਾ ਸਭ ਤੋਂ ਪਹਿਲਾਂ ਕਹਿੰਦਾ ਵੀ ਲੈ ਗਏ ਨੇ ਸ਼ੂਟ ਲੈਣੇ ਦਾ ਬੜਾ ਚੱਕਰ ਨੇ। ਚਲੋ ਜੀ, ਅੱਖ ਨੇ ਪਹਿਲੇ ਕਹਿੰਦਾ ਸੀ ਇੱਕ ਸ਼ੂਟ ਲੈਣੇ ਨੇ, ਹੁਣ ਦੋ 'ਤੇ ਆ ਗਿਆ ਹੈ। ਇਹਦਾ ਮਤਲਬ ਇਹ ਵੀ, ਇਹਦਾ ਮਤਲਬ ਤੂੰ ਕਹਿੰਦਾ ਮਾਮੂ ਜੋ ਕੇ ਲੈਣਾ ਪਾ, ਮਾਮੂ ਜੋ ਕੇ ਜੈਕਟ ਲੈਣ ਲੱਗੇ, ਹੈਂ ਜੈਕਟ ਲੈਣ ਲੱਗੇ। ਤਿੰਨ ਨੇ ਉਹ ਵੀ ਸੱਚ ਬੋਲ ਉਤਾਰੇ ਨਾ, ਉਹਨਾਂ 'ਚ ਦੋ ਲੈਣੇ ਜਿਹੜੇ ਪਸੰਦ ਕਰੀਏ ਨੇਚਰ ਲੱਭਣ ਡਿਆ। ਹੈਲੋ, ਚਲੋ ਜੀ, ਅਸੀਂ ਜਾ ਰਹੇ ਸਾਂ ਮਾਲ ਰੋਡ ਤੋਂ ਘੁੰਮ ਕੇ ਵਾਪਸ, ਤੇ ਬੱਚੇ ਜਿੰਦ ਕਰੀ ਜਾ ਰਹੇ ਨੇ ਉੱਤੇ, ਕੋਈ ਉਹ ਸੌਂਗ ਸੌਂਗ ਕਵਾਲੀ ਕਵਾਲੀ ਚੱਲਦੀ। ਚਲੋ ਚਲੋ ਜੀ, ਮੁੰਡੇ ਨੂੰ ਮੈਂ ਆਖਿਆ ਸੀ ਉੱਥੇ ਕੁਛ ਨਹੀਂ ਹੈਗਾ, ਨਹੀਂ ਮੰਨੇ ਮੇਰੀ ਗੱਲ, ਉੱਥੇ ਕੁਆਲੀ ਚੜ੍ਹੀ ਕੋਈ ਫੈਮਲੀ ਹੈ ਜੇ ਬੈਠੀ ਤੇ ਬਸ
ਲੋਕੀ ਚਾਹ ਸ਼ਾਹ ਪੀ ਰਹੇ ਸਰ ਉਹਨਾਂ ਨੇ ਮੈਨੂੰ ਪੁੱਛਿਆ ਵੇਟਰ ਨੇ ਹਾਂ ਮੈਂ ਤੁਹਾਡਾ ਫੈਮਿਲੀ ਆ ਫੈਮਿਲੀ ਦੇ ਨਾਲ ਹੋ ਪਹਿਲਾਂ ਮੈਂ ਸੋਚਿਆ ਕਹਿ ਦਿੰਦਾ ਇਹਨਾਂ ਨਾਲ ਬੈਠਾ ਰਹੋ ਉਹਨਾਂ ਨੇ ਕਿਹੜਾ ਪੁੱਛਣਾ ਫਿਰ ਮੈਂ ਕਿਹਾ ਯਾਰ ਬਾਕੀ ਤੋਂ ਮੈਂ ਖਲੋਤੇ ਰਹਿਣਗੇ ਵਾਪਿਸ ਆ ਗਿਆ ਤੁਹਾਡੀ ਵਾਰ ਚਲੋ ਇਹ ਵੀ ਤੇਰੀ ਮਿਹਰਬਾਨੀ ਸਾਡੀ ਵਾਰ ਵਾਪਸ ਆ ਗਿਆ ਚਲੋ ਜੀ ਮੈਂ ਤਾਂ ਆਪਣੇ ਜੋ ਵੀ ਇੱਕ ਜੈਕਟ ਜੀ ਸਿਲੈਕਟ ਕਰ ਲਈਏ ਉਹ ਤੁਹਾਨੂੰ ਮੈਂ ਦਿਖਾਉਣਾ ਪੈਣ ਕੇ ਜ਼ਰਾ ਸਿਲੈਕਟ ਕਰ ਲਈ ਮਾਸ਼ਾਅੱਲਾ ਕਲਰ ਵੀ ਬੜਾ ਪਿਆਰਾ ਕੈਮਰਾ ਤੇ ਰਾਤੀ ਮਾਲ ਰੋਡ ਤੋਂ ਘੁੰਮ ਕੇ ਸੀ ਆ ਗਏ ਤਾਂ ਵਾਪਸ ਤੇ ਵਾਪਸ ਆਣ ਕੇ ਮਾਰੀ ਰੈਸਟ ਤੇ ਅਗਲਾ ਵਲੋਗ ਤੁਸੀਂ ਮਿਸ ਨਹੀਂ ਕਰਨਾ ਅਗਲਾ ਵਲੋਗ ਹੋਣ ਵਾਲਾ ਬੜਾ ਹੀ ਇੰਟਰਸਟਿੰਗ ਕਿਉਂਕਿ ਆ ਗਿਆ ਆ ਰਿਹਾ ਸਾਡੇ ਕੋਲ ਇੱਥੇ ਮਰੀ ਜ਼ੁਹੇਬ ਅਤੇ ਚਾਚੂ ਮੋਟੂ ਅਤੇ ਚਾਚੂ ਮੋਟੂ ਤੁਹਾਨੂੰ ਪਤਾ ਨਾਲ ਹੋਏ ਤਾਂ ਬੜੇ ਦਿਲਚਸਪ ਵਲੋਗ ਬਣਦੇ ਨੇ ਬੜੇ ਹੀ ਮਜ਼ੇ ਹੁੰਦੇ ਨੇ ਅਤੇ ਨਾਲੇ ਅਸੀਂ ਜਾ ਰਹੇ ਹਾਂ ਅੱਗੋਂ ਫਿਰ ਨੱਥੀਆ ਗਲੀ ਵਾਟਰਫਾਲ ਉਹ ਤੁਹਾਨੂੰ ਸਾਰੇ ਨਜ਼ਾਰੇ ਜਾ ਕੇ ਚੈੱਕ ਕਰਵਾਵਾਂਗੇ ਅਤੇ ਦਿਖਾਵਾਂਗੇ ਤੁਹਾਨੂੰ ਕਿਸੇ ਕਿਸੇ ਮੰਦਰ ਉੱਥੇ ਅਤੇ ਇਹ ਸੀ ਮੇਰਾ ਅੱਜ ਦਾ ਵਲੋਗ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਾ ਹੈਗਾ ਚੰਗਾ ਲੱਗਾ ਤਾਂ ਲਾਈਕ ਕਰੋ ਸ਼ੇਅਰ ਕਰੋ ਆਪਣੇ ਦੋਸਤਾਂ ਨਾਲ ਅਤੇ ਨਾਲੇ ਮੇਰੇ ਲਾਡਲਾ ਜੱਟ ਵਲੋਗ ਚੈਨਲ ਲਈ ਕਰ ਲਓ ਸਬਸਕ੍ਰਾਈਬ ਹੁਣ ਮਿਲਾਂਗੇ ਅਗਲੀ ਵੀਡੀਓ 'ਚ ਅੱਲਾ ਹਾਫਿਜ਼।